ਸਟੂਡੈਂਟਸ ਲਰਨਿੰਗ ਇਜ਼ ਫਨ ਚੈਨਲ ਦੇ ਵਿੱਚ ਆਪਸ ਦਾ ਸਵਾਗਤ ਹੈ ਸੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਮਾਜਿਕ ਸਿੱਖਿਆ ਦੇ ਜਮਾਤ 7ਵੀਂ ਦੇ ਪਾਠ 1 ਵਾਤਾਵਰਨ ਦੇ 1 ਵਰਡ ਵਾਲੇ ਕੁਐਸਚਨ ਆਨਸਰਸ ਕਰਾਂਗੇ ਸੋ ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਦੇ ਨਾਲ ਧਰਤੀ ਦੇ ਆਲੇ ਦੁਆਲੇ ਬਣੇ ਹੋਏ ਹਵਾ ਦੇ ਗਲਾਫ ਨੂੰ ਕੀ ਕਹਿੰਦੇ ਹਨ ਧਰਤੀ ਦੇ ਆਲੇ ਦੁਆਲੇ ਹਵਾ ਦੇ ਬਣੇ ਹੋਏ ਗਲਾਫ ਨੂੰ ਵਾਯੂ ਮੰਡਲ ਆਖਦੇ ਹਨ ਸੋ ਪ੍ਰਸ਼ਨ ਨੰਬਰ 2 ਧਰਤੀ ਦੀ ਸਤ੍ਹਾ ਉੱਤੇ ਵਾਤਾਵਰਣ ਵਿੱਚ ਤਬਦੀਲੀਆਂ ਕਿਸ ਕਾਰਕਾਂ ਕਾਰਨ ਹੁੰਦੀਆਂ ਹਨ ਧਰਤੀ ਸਤ੍ਹਾ ਤੇ ਵਾਤਾਵਰਣ ਵਿੱਚ ਤਬਦੀਲੀਆਂ ਅਪਰਦਨ ਕਾਰਕਾਂ ਕਰਕੇ ਹੁੰਦੀਆਂ ਹਨ ਅਪਰਦਨ ਕਾਰਕਾਂ ਕਰਕੇ ਹੁੰਦੀਆਂ ਹਨ ਸੋ ਪ੍ਰਸ਼ਨ ਨੰਬਰ 3 ਭਾਵੇਂ ਧਰਤੀ ਦੇ ਦੁਆਲੇ ਹਵਾ ਦਾ ਗਲਾਫ 1600 ਕਿਲੋਮੀਟਰ ਤੱਕ ਹੈ ਪਰ 99% ਹਵਾ ਡੈਸ਼ ਕਿਲੋਮੀਟਰ ਦੇ ਘੜੇ ਤੱਕ ਹੀ ਹੁੰਦੀ ਹੈ 32 ਕਿਲੋਮੀਟਰ ਦੇ ਤੱਕ ਜਿਹੜੀ 99% ਹਵਾ ਹੈਗੀ ਹੈ ਉਹ ਜਿਹੜੀ ਹੈ 32 ਕਿਲੋਮੀਟਰ ਦੇ ਘੇਰੇ ਤੱਕ ਹੀ ਹੈ। ਪ੍ਰਸ਼ਨ ਨੰਬਰ 5 ਜੀਵ ਮੰਡਲ ਵਿੱਚ ਅਨੇਕ ਕਿਸਮ ਦੇ ਜੀਵ ਜੰਤੂਆਂ ਅਤੇ ਪੇੜ ਪੌਦਿਆਂ ਨੂੰ ਕੀ ਆਖਦੇ ਹਨ? ਜੀਵ ਮੰਡਲ ਵਿੱਚ ਅਨੇਕ ਕਿਸਮ ਦੇ ਜੀਵ ਜੰਤੂਆਂ ਤੇ ਪੇੜ ਪੌਦਿਆਂ ਨੂੰ ਜੀਵ ਜਗਤ ਆਖਿਆ ਜਾਂਦਾ ਹੈ। ਪ੍ਰਸ਼ਨ ਨੰਬਰ 6 ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ? ਵਾਤਾਵਰਨ ਦਿਵਸ 5 ਜੂਨ ਨੂੰ ਮਨਾਇਆ ਜਾਂਦਾ ਹੈ। ਸੋ ਪ੍ਰਸ਼ਨ ਨੰਬਰ 7 ਵਾਤਾਵਰਣ ਦੇ ਮੰਡਲਾਂ ਵਿੱਚੋਂ ਕਿਸ ਮੰਡਲ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ ਵਾਤਾਵਰਣ ਦੇ ਮੰਡਲਾਂ ਦੇ ਵਿੱਚੋਂ ਸਭ ਤੋਂ ਵੱਧ ਅਦਲਾ ਬਦਲੀ ਜਿਹੜੀ ਹੈ ਉਹ ਵాయు ਮੰਡਲ ਵਿੱਚ ਹੁੰਦੀ ਹੈ ਸੋ ਨੈਕਸਟ ਕੁਐਸਚਨ ਕਿਸੇ ਥਾਂ ਦੇ ਜੀਵ ਮੰਡਲ ਤੇ ਉੱਥੋਂ ਦੇ ਭੌਤੀ ਕਾਲੇ ਦੁਆਲੇ ਨੂੰ ਕੀ ਆਖਦੇ ਹਨ ਕਿਸੇ ਥਾਂ ਦੇ ਜੀਵ ਮੰਡਲ ਤੇ ਉੱਥੋਂ ਦੇ ਭੌਤੀ ਕਾਲੇ ਦੁਆਲੇ ਨੂੰ ਉੱਥੋਂ ਦੀ ਪ੍ਰਸਥਿਤੀ ਕਹਿੰਦੇ ਹਨ ਸੋ ਪ੍ਰਸ਼ਨ ਨੰਬਰ 9 ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਕੀ ਆਖਦੇ ਹਨ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਸਿਆਲ ਜਾਂ ਚਾਪੜ ਆਖਦੇ ਹਨ ਸਿਆਲ ਇਸ ਨੂੰ ਇਸ ਲਈ ਕਹਿੰਦੇ ਹਨ ਕਿਉਂਕਿ ਇਹਦੇ ਵਿੱਚ ਇਸ ਪਰਤ ਦੇ ਵਿੱਚ ਸਿਲੀਕਾਨ ਅਤੇ ਐਲੂਮੀਨੀਅਮ ਐਲੂਮੀਨੀਅਮ ਤੱਤ ਜਿਹੜੇ ਆ ਉਹ ਭਰਪੂਰ ਜ਼ਿਆਦਾ ਮਾਤਰਾ ਦੇ ਵਿੱਚ ਮਿਲਦੇ ਆ ਇਸ ਕਰਕੇ ਸਿਲੀਕਾਨ ਦੇ ਸਿਲੀਕਾਨ ਤੋਂ ਸੀ ਤੇ ਐਡਿਕ ਆ એલ્યુਮੀਨੀਅਮ ਦਾ ਆ ਲੈ ਕੇ ਬਣਦਾ ਹੈ ਸਿਆਲ ਸੋ ਪ੍ਰਸ਼ਨ ਨੰਬਰ 10 33 ਦੀ ਸਤਾ ਤੇ ਕਿੰਨੇ ਪ੍ਰਤੀਸ਼ਤ ਪਾਣੀ ਹੈ 33 ਦੀ ਸਤਾ ਤੇ 71% 71% ਜਿਹੜਾ ਪਾਣੀ ਹੈ ਤੇ ਇਹਦੇ ਨਾਲ ਹੀ ਪ੍ਰਸ਼ਨ ਆਦਾ ਕਿ 33% ਤੇ ਭੂ ਭਾਗ ਕਿੰਨਾ ਹੈ 33% ਦਾ ਭੂ ਭਾਗ ਹੈ 29% ਸੋ ਕਿਉਂਕਿ ਧਰਤੀ ਦੇ ਉੱਤੇ ਜਿਹੜਾ ਪਾਣੀ ਆ ਉਹ ਜ਼ਿਆਦਾ ਮਾਤਰਾ ਦੇ ਵਿੱਚ ਮਿਲਦਾ ਹੈ 78 71% ਜਿਹੜਾ ਵਾ ਜਲ ਹੈ ਧਰਤੀ ਦੀ ਸਤ੍ਹਾ ਦੇ ਉੱਤੇ ਪਾਣੀ ਹੈ ਇਸ ਕਰਕੇ ਇਹਨੂੰ ਜਲ ਗ੍ਰਹਿ ਵੀ ਆਖਦੇ ਹਨ ਸਾਡੇ ਸੂਰਜ ਮੰਡਲ ਦੇ ਵਿੱਚ ਇਸਨੂੰ ਜਲ ਗ੍ਰਹਿ ਵੀ ਕਿਹਾ ਜਾਂਦਾ ਹੈ ਸੋ ਇਹਦੇ ਨਾਲ ਹੀ ਬੇਟੇ ਆਪ ਸਭ ਦਾ ਜਿਹੜਾ ਵਾ ਪਾਠ ਨੰਬਰ 1 ਜਿਹੜਾ ਵਾ ਉਹ ਕੰਪਲੀਟ ਹੁੰਦਾ ਵਨ ਵਰਡ ਵਾਲੇ ਕੁਐਸਚਨ ਆਨਸਰ ਸੋ ਅਗਲੀ ਵੀਡੀਓ ਦੇ ਵਿੱਚ ਨਵੇਂ ਪਾਠ ਦੇ ਨਾਲ ਦੁਬਾਰਾ ਮਿਲਾਂਗੇ ਤਦ ਤੱਕ ਲਈ ਧੰਨਵਾਦ